ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਅਸੀਂ ਡੇਲੀ ਕਰੰਟ ਜੀਕੇ ਦਾ ਪਾਰਟ ਨੰਬਰ 9 ਲੈ ਕੇ ਆਏ ਹਾਂ ਜਿਸ ਵਿੱਚ 20 ਮਹੱਤਵਪੂਰਨ ਪ੍ਰਸ਼ਨਾਂ ਤੇ ਚਰਚਾ ਕਰਾਂਗੇ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਪਿਛਲੀ ਵੀਡੀਓ ਵਿੱਚ ਪੁੱਛੇ ਗਏ ਸਵਾਲ ਬਾਰੇ ਇਹ ਭਾਰਤ ਦਾ ਰਾਸ਼ਟਰੀ ਗਾਣ ਨੈਸ਼ਨਲ ਐਂਥਮ ਕਿਹੜਾ ਹੈ ਕਮੈਂਟ ਬਾਕਸ ਵਿੱਚ ਲਗਭਗ ਸਭ ਨੇ ਇਸ ਦਾ ਸਹੀ ਉੱਤਰ ਦਿੱਤਾ ਹੈ ਇਸ ਦਾ ਸਹੀ ਉੱਤਰ ਸੀ ਜਾਨ ਗਨ ਮਨ ਬਹੁਤ ਸਾਰੇ ਅਧਿਆਪਕ ਅਤੇ ਬਹੁਤ ਸਾਰੇ ਵਿਦਿਆਰਥੀ ਇਸ ਗੱਲ ਵਿੱਚ ਕਨਫਿਊਜ਼ ਹੋ ਜਾਂਦੇ ਹਨ ਕਿ ਭਾਰਤ ਦਾ ਨੈਸ਼ਨਲ Song ਕਿਹੜਾ ਹੈ ਤੇ ਨੈਸ਼ਨਲ ਐਂਥਮ ਕਿਹੜਾ ਹੈ ਤੁਸੀਂ ਯਾਦ ਰੱਖਣਾ ਹੈ ਕਿ ਜਨ ਗਨ ਮਨ ਭਾਰਤ ਦਾ ਰਾਸ਼ਟਰੀ ਗਾਣ ਹੈ ਅਤੇ ਬੰਦੇ ਮਾਤਰਮ ਇਹ ਰਾਸ਼ਟਰੀ ਗੀਤ ਜੋ ਭਾਰਤ ਦਾ ਰਾਸ਼ਟਰੀ ਗਾਣ ਜਨ ਗਨ ਮਨ ਹੈ ਇਸ ਦੇ કુલ 5 ਪੈਰੇ ਹਨ ਜਿਨ੍ਹਾਂ ਨੂੰ ਗਾਉਣ ਤੇ 52 ਸਕਿੰਟ ਦਾ ਸਮਾਂ ਲੱਗਦਾ ਹੈ ਜੇਕਰ ਭਾਰਤ ਦੇ ਰਾਸ਼ਟਰੀ ਗਾਣ ਨੂੰ ਸ਼ਾਰਟਕਟ ਵਿੱਚ ਭਾਵ ਛੋਟੇ ਰੂਪ ਵਿੱਚ ਗਾਉਣਾ ਹੋਵੇ ਇਸ ਨੂੰ ਗਾਉਣ ਤੇ 20 ਸਕਿੰਟ ਦਾ ਸਮਾਂ ਲੱਗਦਾ ਹੈ ਭਾਰਤ ਦੇ ਰਾਸ਼ਟਰੀ ਗਾਣ ਜਾਣਗਨਵਨ ਨੂੰ ਨੋਬਲ ਪੁਰਸਕਾਰ বিজেਤਾ ਰਵਿੰਦਰਨਾਥ ਟੈਗਰ ਜਿਨ੍ਹਾਂ ਨੂੰ ਗੁਰਦੇਵ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੇ ਲਿਖਿਆ ਸੀ ਸਵਾਲ ਨੰਬਰ 162 ਭਾਰਤੀ ਸੰਵਿਧਾਨ ਕਿਹੜੇ ਭਾਰਤੀ ਨਾਗਰਿਕ ਮੌਲਿਕ ਅਧਿਕਾਰ ਦੇ ਹੱਕਦਾਰ ਹਨ ਸਿਰਫ ਸਰਕਾਰੀ ਕਰਮਚਾਰੀਆਂ ਨੂੰ ਸਿਰਫ ਬਾਲਗ ਨਾਗਰਿਕਾਂ ਨੂੰ ਸਿਰਫ ਨਿਤਾਮਾਂ ਨੂੰ ਜਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਇਸ ਦਾ ਸਹੀ ਉੱਤਰ ਹੈ ਸਾਰੇ ਭਾਰਤੀ ਨਾਗਰਿਕਾਂ ਨੂੰ ਜੋ ਕਿ ਭਾਰਤ ਦੇ ਸੰਵਿਧਾਨ ਦੇ ਭਾਗ 3 ਵਿੱਚ ਅਨੁਛੇਦ 12 ਤੋਂ ਲੈ ਕੇ 35 ਵਿੱਚ ਦਰਜ ਹਨ ਮੌਲਕ ਅਧਿਕਾਰਾਂ ਬਾਰੇ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਦੇ ਇੱਕ ਸਪੈਸ਼ਲ ਵੀਡੀਓ ਬਣਾਈ ਗਈ ਹੈ ਜੇਕਰ ਤੁਸੀਂ ਮੌਲਕ ਅਧਿਕਾਰਾਂ ਤੇ ਬਣੀ ਇਹ ਵੀਡੀਓ ਇੱਕ ਵਾਰ ਦੇਖ ਲੈਂਦੇ ਹੋ ਤਾਂ ਮੌਲਕ ਅਧਿਕਾਰਾਂ ਬਾਰੇ ਪੁੱਛੇ ਜਾਣ ਵਾਲੇ ਕਿਸੇ ਵੀ ਪੇਪਰ ਵਿੱਚ ਸਵਾਲ ਦਾ ਤੁਸੀਂ ਉੱਤਰ ਬੜੀ ਆਸਾਨੀ ਨਾਲ ਦੇ ਸਕੋਗੇ ਸਵਾਲ ਨੰਬਰ 163 ਭਾਰਤ ਦੇ ਤੀਜੇ ਰਾਸ਼ਟਰਪਤੀ ਕੌਣ ਸਨ ਜਿਨ੍ਹਾਂ ਦਾ ਦਫ਼ਤਰ ਵਿੱਚ ਹੀ ਨਿਦਨ ਹੋ ਗਿਆ ਸੀ ਡਾਕਟਰ ਬੀਬੀ ਗਰੀ ਸਨ ਸ਼੍ਰੀ ਨੀਲਮ ਸੰਜੀਵਾ ਰੈਡੀ ਸਨ ਡਾਕਟਰ জাকਰ ਹੁਸੈਨ ਸਨ ਜਾਂ ਗਿਆਨੀ ਜੈਲ ਸਿੰਘ ਇਹ ਸਹੀ ਉੱਤਰ ਹੈ ਡਾਕਟਰ জাকਰ ਹੁਸੈਨ ਡਾਕਟਰ জাকਰ ਹੁਸੈਨ ਭਾਰਤ ਦੇ ਤੀਜੇ ਰਾਸ਼ਟਰਪਤੀ ਅਤੇ ਪਹਿਲੇ ਮੁਸਲਮਾਨ ਰਾਸ਼ਟਰਪਤੀ ਸਨ ਡਾਕਟਰ জাকਰ ਹੁਸੈਨ ਦੀ ਮੌਤ 3 ਮਈ 1969 ਨੂੰ ਕਾਰਜਕਾਲ ਦੇ ਦੌਰਾਨ ਹੋ ਗਈ ਸੀ ਸਵਾਲ ਨੰਬਰ 164 ਭਾਰਤ ਦੇ ਸੰਵਿਧਾਨ ਨੂੰ ਬਣਾਉਣ ਲਈ ਕਿੰਨਾ ਸਮਾਂ ਲੱਗਿਆ ਇਸ ਸਵਾਲ ਦਾ ਉੱਤਰ ਤੁਸੀਂ ਸਭ ਜਾਣਦੇ ਹੋਵੋਗੇ ਕਿ ਭਾਰਤ ਦੇ ਸੰਵਿਧਾਨ ਨੂੰ ਬਣਾਉਣ ਲਈ 2 ਸਾਲ 11 ਮਹੀਨੇ 18 ਦਿਨਾਂ ਦਾ ਸਮਾਂ ਲੱਗਿਆ ਆਪ ਨੂੰ ਇਸ ਚੀਜ਼ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਸੰਵਿਧਾਨ ਨੂੰ ਬਣਾਉਣਾ ਕਿਹੜੀ ਤਰੀਕ ਤੋਂ ਸ਼ੁਰੂ ਕੀਤਾ ਗਿਆ ਸੀ ਸੰਵਿਧਾਨ ਦੀ ਜੋ ਪਹਿਲੀ ਬੈਠਕ ਸੀ ਇਹ ਹੋਈ ਨਵੰਬਰ 1946 ਨੂੰ ਇਸ ਦਿਨ ਤੋਂ ਸੰਵਿਧਾਨ ਬਣਾਉਣ ਦਾ ਕੰਮ ਆਰੰਭ ਹੋ ਗਿਆ ਸੀ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ 9 ਦਸੰਬਰ 1946 ਤੋਂ ਲੈ ਕੇ 26 ਨਵੰਬਰ 1949 ਤੱਕ ਟੋਟਲ 2 ਸਾਲ 11 ਮਹੀਨੇ 18 ਦਿਨਾਂ ਦਾ ਸਮਾਂ ਬਣਦਾ ਹੈ ਸਵਾਲ ਨੰਬਰ 165 ਹੇਠ ਲਿਖਿਆਂ ਵਿੱਚੋਂ ਕਿਹੜੀ ਸਮੱਗਰੀ ਪੈਨਸਲਾਂ ਵਿੱਚ ਲਿਖਣ ਦਾ ਕੋਰ ਬਣਾਉਣ ਲਈ ਵਰਤੀ ਜਾਂਦੀ ਹੈ ਜਿੰਕ ਕਾਪਰ ਗ੍ਰੈਫਾਈਟ ਜਾਂ ਆਇਰਨ ਇਹਦਾ ਸਹੀ ਉੱਤਰ ਹੈ ਗ੍ਰੈਫਾਈਟ ਸਵਾਲ ਨੰਬਰ 166 ਜਾਪਾਨ ਦੇ ਸ਼ਹਿਰ ਹਿਰੋਸ਼ਿਮਾ ਅਤੇ ਨਾਕਾਸਾਕੀ ਤੇ ਕਿਸ ਦੇਸ਼ ਨੇ ਪਰਮਾਣੂ ਬੰਬ ਸੁੱਟੇ ਸਨ ਜੋ ਦੂਸਰਾ ਵਰਲਡ ਵਾਰ ਸੀ ਇਹ 1939 ਤੋਂ ਲੈ ਕੇ 1945 ਤੱਕ ਚੱਲਿਆ ਸੀ ਅਮਰੀਕਾ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਦੋ ਸ਼ਹਿਰਾਂ ਉੱਤੇ 1945 ਵਿੱਚ ਬੰਬ ਸੁੱਟੇ ਸੀ ਪਹਿਲਾ ਬੰਬ ਸੁੱਟਿਆ ਸੀ 6 ਦਸੰਬਰ ਨੂੰ ਹਿਰੋਸ਼ਿਮਾ ਤੇ ਜਿਸਦਾ ਨਾਮ ਸੀ ਲਿਟਲ ਬੋਏ ਅਤੇ 9 ਦਸੰਬਰ ਨੂੰ ਨਾਕਾਸਾਕੀ ਉੱਤੇ ਜਿਸਦਾ ਨਾਮ ਸੀ ਫੈਟਮੈਨ ਅਤੇ ਇਹਨਾਂ ਦੋ ਬੰਬਾਂ ਨਾਲ ਲਗਭਗ 2 ਲੱਖ ਲੋਕ ਮਰੇਗੇ ਅਤੇ ਹੁਣ ਤੱਕ ਜਾਪਾਨ ਦੇ ਇਹਨਾਂ ਸ਼ਹਿਰਾਂ ਉੱਤੇ ਉਹਨਾਂ ਪਰਮਾਣੂ ਬੰਬਾਂ ਦਾ ਅਸਰ ਦੇਖਿਆ ਜਾ ਸਕਦਾ ਹੈ ਦੇਖਿਆ ਜਾ ਸਕਦਾ ਹੈ ਸਵਾਲ ਨੰਬਰ 167 ਵਪਾਰ ਦੇ ਉਦੇਸ਼ ਨਾਲ ਸਭ ਤੋਂ ਪਹਿਲਾਂ ਕਿਹੜਾ ਪੁਰਤਗਾਲੀ ਯਾਤਰੀ ਭਾਰਤ ਆਇਆ ਸੀ ਬਾਸਕੋ ਡਗਾਮਾ ਲਾਰਡ ਕਰਜਨ ਲਾਰਡ ਮਕਾਲੇ ਜਾਂ ਮਾਉਂਟ ਵੈਟਨ ਸਹੀ ਉੱਤਰ ਵਾਸਕੋ ਡਿਗਾਮਾ ਵਾਸਕੋ ਡਗਾਮਾ ਸਮੁੰਦਰੀ ਰਸਤੇ ਰਾਹੀਂ ਭਾਰਤ ਵਿੱਚ ਆਉਣ ਵਾਲਾ ਪਹਿਲਾ ਯੂਰੋਪੀਅਨ ਸੀ ਵਾਸਕੋ ਡਗਮਾ 20 ਮਈ 1498 ਨੂੰ ਕੇਰਲਾ ਰਾਜ ਦੇ ਕਾਲੀਕਟ ਬੰਦਰਗਾਹ ਉੱਤੇ ਪਹੁੰਚਿਆ ਸੀ ਸਵਾਲ ਨੰਬਰ 168 आईपीਸੀ ਦਾ ਪੂਰਾ ਨਾਂ ਕੀ ਹੈ ਇੰਡੀਅਨ ਪੀਨਲ ਕੋਡ ਇੰਡੀਅਨ ਪਰਸਨਲ ਕੰਪਿਊਟਰ ਇੰਡੀਅਨ ਪੁਲਿਸ ਕੋਡ ਇੰਡੀਅਨ ਪੁਲਿਸ ਕੰਪਨੀ ਸਹੀ ਉੱਤਰ ਹੈ ਇੰਡੀਅਨ ਪੈਨਲ ਕੋਡ ਅੰਗਰੇਜ਼ਾਂ ਦੁਆਰਾ 1860 ਵਿੱਚ ਸਥਾਪਿਤ ਕੀਤਾ ਆਈਪੀਸੀ ਅੱਜ ਤੱਕ ਭਾਰਤ ਵਿੱਚ ਚੱਲ ਰਿਹਾ ਹੈ ਆਈਪੀਸੀ ਇੰਡੀਅਨ ਪੈਨਲ ਕੋਡ ਦੇ ਕੁੱਲ 23 ਅਧਿਆਏ ਹਨ ਜਿਸ ਵਿੱਚ 511 ਉਨਸ਼ੇਦ ਭਾਵ ਤਰਾ ਮਹਨ ਜੋ ਅਸੀਂ ਸੁਣਦੇ ਹਾਂ ਕਿ ਪੁਲਿਸ ਦੁਆਰਾ 302 ਤਰਾ ਲਗਾ ਦਿੱਤੀ ਗਈ ਹੈ 307 ਤਰਾ ਲਗਾ ਦਿੱਤੀ ਗਈ ਹੈ ਇਹ ਸਾਰੀਆਂ ਆਈਪੀਸੀ ਦੀਆਂ ਤਰਾਵਾਂ ਹਨ ਸਵਾਲ ਨੰਬਰ 169 ਅਗਸਤ 2020 ਵਿੱਚ ਕਿਸ ਦੇਸ਼ ਦੇ ਅਮੋਨੀਅਮ ਨਾਈਟ੍ਰੇਟ ਗਦਾਮ ਵਿੱਚ ਭਿਆਨਕ ਵਿਸਫੋਟ ਹੋਇਆ ਸੀ ਚੀਨ ਦੇ ਲਿਬਨਾਨ ਦੇ ਪਾਕਿਸਤਾਨ ਦੇ ਜਾਂ ਦੱਖਣੀ ਅਫਰੀਕਾ ਦੇ ਇਸ ਦਾ ਸਹੀ ਉੱਤਰ ਹੈ ਲਿਬਨਾਨ ਦੇ ਮੂਨਿਅ ਨਾਈਟ੍ਰੇਟ ਖੰਡ ਦੀ ਤਰ੍ਹਾਂ ਇੱਕ ਪਦਾਰਥ ਹੁੰਦਾ ਹੈ ਜਿਸ ਦੀ ਵਰਤੋਂ ਵਿਸਫੋਟਕ ਪਦਾਰਥ ਬਣਾਉਣ ਲਈ ਕੀਤੀ ਜਾਂਦੀ ਹੈ ਸਵਾਲ ਨੰਬਰ 170 ਕੇਰਲਾ ਦੇ ਕੋਜੀਕੋਡ ਹਵਾਈ ਅੱਡੇ ਤੇ ਉਤਰਨ ਸਮੇਂ ਕਿਹੜੀ ਕੰਪਨੀ ਦੇ ਜਹਾਜ਼ ਦੇ ਦੋ ਟੁਕੜੇ ਹੋ ਗਏ ਸਨ 에ਅਰ ਇੰਡੀਆ ਐਕਸਪ੍ਰੈਸ ਦੇ ਇੰਡੀਗੋ ਦੇ ਸਪਾਈਸੇਟ ਦੇ ਜਾਂ ਵਿਸਥਾਰਾ ਦੇ ਸਹੀ ਉੱਤਰ ਹੈ 에어 ਇੰਡੀਆ ਐਕਸਪ੍ਰੈਸ ਜਹਾਜ਼ ਦੀ ਜੋ 에어 ਇੰਡੀਆ ਐਕਸਪ੍ਰੈਸ ਜਹਾਜ਼ ਸੀ ਇਹ ਦਵਾਈ ਤੋਂ ਭਾਰਤ ਆਇਆ ਸੀ ਜਦੋਂ ਇਹ ਜਹਾਜ਼ ਕੋਜੀ ਕੋਡ ਹਵਾਈ ਅੱਡੇ ਉੱਤੇ ਉਤਰਨ ਲੱਗਿਆ ਤਾਂ ਇਹ ਫਿਸਲ ਗਿਆ ਫਿਸਲਣ ਕਰਕੇ ਘਾਟੀ ਵਿੱਚ ਜੜ ਗਿਆ ਜਿਸ ਕਾਰਨ ਹਵਾਈ ਜਹਾਜ਼ ਵਿੱਚ ਮੌਜੂਦ ਪਾਇਲਟਾਂ ਸਮੇਤ 191 ਵਿਅਕਤੀਆਂ ਵਿੱਚੋਂ ਟੋਟਲ 70 ਵਿਅਕਤੀਆਂ ਦੀ ਮੌਤ ਹੋ ਗਈ ਸੀ ਸਵਾਲ ਨੰਬਰ 171 ਹੇਠ ਲਿਖਿਆਂ ਵਿੱਚੋਂ ਕਿਹੜਾ ਜੀਵ ਅਲੋਪ ਹੋ ਚੁੱਕਿਆ ਹੈ ਬਾਗ ਡਾਇਨਾਸੌਰ ਜੰਗਲੀ ਮੱਝ ਜਾਂ ਹਾਥੀ ਇਸ ਦਾ ਸਹੀ ਉੱਤਰ ਹੈ ਡਾਇਨਾਸੌਰ ਜੋ ਡਾਇਨਾਸੌਰ ਸਨ ਇਹ ਧਰਤੀ ਉੱਪਰ 16 ਕਰੋੜ ਸਾਲ ਪਹਿਲਾਂ ਪਾਈ ਜਾਂਦੇ ਸਨ ਸਵਾਲ ਨੰਬਰ 172 ਪ੍ਰਸਿੱਧ ਪੁਸਤਕ ਦਾ ਡਿਸਕਵਰੀ ਆਫ ਇੰਡੀਆ ਦਾ ਲੇਖਕ ਕੌਣ ਹਨ ਪੰਡਤ ਜਵਾਰਲਾ Nehru ਡਾਕਟਰ APJ ਅਬਦੁਲ ਕਲਾਮ ਮਹਾਤਮਾ ਗਾਂਧੀ ਜਾਂ ਸਰਦਾਰ ਭਗਤ ਸਿੰਘ ਸਹੀ ਉੱਤਰ ਪੰਡਤ ਜਵਾਰਲਾਲ Nehru ਜਦੋਂ 1942 ਵਿੱਚ ਭਾਰਤ ਛਡੋ ਅੰਦੋਲਨ ਚੱਲਿਆ ਸੀ ਤਾਂ ਪੰਡਤ ਜਵਾਰਲਾਲ ਨਹਿਰੂ ਨੇ ਮਹਾਤਮਾ ਗਾਂਧੀ ਦਾ ਇਸ ਅੰਦੋਲਨ ਵਿੱਚ ਸਾਥ ਦਿੱਤਾ ਤਾਂ ਅੰਗਰੇਜ਼ਾਂ ਨੇ ਪੰਡਤ ਜਵਾਰਲਾਲ ਨਹਿਰੂ ਨੂੰ ਅਹਿਮਦਨਗਰ ਕਿਲੇ ਦੀ ਜੇਲ੍ਹ ਵਿੱਚ 5 ਮਹੀਨਿਆਂ ਲਈ ਕੈਦ ਕਰ ਦਿੱਤਾ ਗਿਆ ਅਤੇ ਇਸੇ ਕੈਦ ਦੌਰਾਨ ਉਹਨਾਂ ਨੇ ਇੱਕ ਕਿਤਾਬ ਲਹੀ ਸੀ ਜਿਸ ਦਾ ਨਾਮ ਸੀ ਡਿਸਕਵਰੀ ਆਫ ਇੰਡੀਆ ਕਿਤਾਬ ਵਿੱਚ ਜਵਾਰਲਾਲ ਨਹਿਰੂ ਨੇ ਸਿੱਧੂ ਘਾਟੀ ਸਭਿਅਤਾ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੱਕ ਦੇ ਸੰਸਕ੍ਰਿਤੀ ਧਰਮ ਅਤੇ ਸੱਭਿਆਚਾਰ ਬਾਰੇ ਲਿਖਿਆ ਹੈ ਸਵਾਲ ਨੰਬਰ 173 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਲੋਕ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਕਿਉਂ ਇਕੱਠੇ ਹੋਏ ਸਨ ਵਿਦੇਸ਼ੀ ਸਮਾਨ ਦਾ ਵਿਰੋਧ ਕਰਨ ਲਈ ਡਾਕਟਰ ਸਤਿਆਪਾਲ ਅਤੇ ਡਾਕਟਰ ਸੇਫੂ ਦੇ ਨੂੰ ਕਿਚਲੂ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਲਈ ਰੋਡ ਟੈਕਟ ਦਾ ਵਿਰੋਧ ਕਰਨ ਲਈ ਜਾਂ ਨਾ ਮਿਲ ਵਰਤਨ ਲਹਿਰ ਸ਼ੁਰੂ ਕਰਨ ਲਈ ਇਸਾ ਸਹੀ ਉੱਤਰ ਹੈ ਡਾਕਟਰ ਸਤਿਆਪਾਲ ਅਤੇ ਡਾਕਟਰ ਸੇਫੂ ਦੇ ਨੂੰ ਕਿਚਲੂ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਲਈ ਜਿਨ੍ਹਾਂ ਦੀ ਗ੍ਰਿਫਤਾਰੀ ਰੋਡ ਟੈਕਟ ਤਹਿਤ ਕੀਤੀ ਗਈ ਸੀ ਰੋਲਟੈਕਟ ਅੰਗਰੇਜ਼ਾਂ ਦੁਆਰਾ ਲਿਆਂਦਾ ਗਿਆ ਇੱਕ ਕਾਲਾ ਕਾਨੂੰਨ ਸੀ ਇਹ ਕਾਨੂੰਨ ਸੀ ਨੋ ਦਲੀਲ ਨੋ ਵਕੀਲ ਨੋ ਅਪੀਲ ਭਾਵੇਂ ਜੋ ਜੱਜ ਨੇ ਫੈਸਲਾ ਦੇ ਦਿੱਤਾ ਉਸ ਵਿਰੁੱਧ ਤੁਸੀਂ ਕਿਤੇ ਅਪੀਲ ਨਹੀਂ ਕਰ ਸਕਦੇ ਤੇ ਅੰਗਰੇਜ਼ ਕਦੋਂ ਵੀ ਕਿਸੇ ਭਾਰਤੀ ਨੂੰ ਗ੍ਰਿਫਤਾਰ ਕਰ ਸਕਦੇ ਹਨ ਸਵਾਲ ਨੰਬਰ 174 ਮਾਝਾ ਕਿਹੜੇ ਦੋ ਦਰਿਆਵਾਂ ਦੇ ਵਿਚਕਾਰ ਦਾ ਖੇਤਰ ਹੈ ਮਾਝੇ ਵਿੱਚ ਪੰਜਾਬ ਦੇ ਚਾਰ ਜ਼ਿਲ੍ਹੇ ਆਉਂਦੇ ਹਨ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਅਤੇ ਪਠਾਨਕੋਟ ਇਹ ਹਨ ਬਿਆਸ ਅਤੇ ਰਾਵੀ ਦਰਿਆ ਦੇ ਵਿਚਕਾਰ ਵਾਲਾ ਖੇਤਰ ਹੈ ਬਿਆਸ ਅਤੇ ਸਤਲੁਜ ਦੇ ਵਿਚਕਾਰ ਦੇ ਖੇਤਰ ਨੂੰ ਕਿਹਾ ਜਾਂਦਾ ਹੈ ਦੁਆਬਾ ਦੁਆਬੇ ਖੇਤਰ ਵਿੱਚ ਵੀ ਚਾਰ ਜ਼ਿਲ੍ਹੇ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਆਉਂਦੇ ਹਨ ਜੋ ਤੀਸਰਾ ਖੇਤਰ ਹੈ ਇਹ ਹੈ ਮਾਲਵੇ ਦਾ ਮਾਲਵੇ ਵਿੱਚ 14 ਜ਼ਿਲ੍ਹੇ ਹਨ 14 4 18 18 ਤੇ 4 22 ਪੰਜਾਬ ਵਿੱਚ ਟੋਟਲ 22 ਜ਼ਿਲ੍ਹੇ ਹਨ ਸਵਾਲ ਨੰਬਰ 175 ਸਰਦਾਰ ਭਗਤ ਸਿੰਘ ਨੇ ਕਿਸ ਨੂੰ ਮਾਰ ਕੇ ਲਾਲਾ ਲਾਜਪਤ Rai ਦੀ ਮੌਤ ਦਾ ਬਦਲਾ ਲਿਆ ਸੀ ਸਾਂਡਰਸ ਨੂੰ ਮਾਈਕਲ ਅਡਵਾਇਰ ਨੂੰ ਜਰਨਲ ਡਾਇਰ ਨੂੰ ਜਸਾ ਸਾਈਮਨ ਕਮਿਸ਼ਨ ਨੂੰ 1928 ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ ਸੀ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਸਾਈਮਨ ਕਮਿਸ਼ਨ ਦਾ ਲਾਹੌਰ ਵਿੱਚ ਜ਼ਬਰਦਸਤ ਵਿਰੋਧ ਹੋਇਆ ਲਾਹੌਰ ਵਿੱਚ ਹੋਏ ਇਸ ਵਿਰੋਧ ਤੇ ਲਾਠੀ ਚਾਰਜ ਕਰਨ ਦਾ ਹੁਕਮ ਦਿੱਤਾ ਸੀ ਸਕਾਟ ਨੇ ਭਗਤ ਸਿੰਘ ਨੇ ਸਕਾਟ ਨੂੰ ਮਾਰਨ ਦਾ ਫੈਸਲਾ ਕੀਤਾ ਸੀ ਪਰੰਤੂ ਗਲਤੀ ਨਾਲ ਸਾਂਡਰਸ ਮਾਰੇ ਗਿਆ ਸੀ ਸਵਾਲ ਨੰਬਰ 176 ਬਕਸਰ ਦੀ ਲੜਾਈ ਬਕਸਰ ਬਿਹਾਰ ਦਾ ਇੱਕ ਸ਼ਹਿਰ ਹੈ ਜਿੱਥੇ ਅੰਗਰੇਜ਼ਾਂ ਅਤੇ ਕਿਸ ਵਿਚਕਾਰ ਲੜਾਈ ਹੋਈ ਸੀ ਸ਼ਾਲਮ ਫਰਾਜੂਲ ਦੋਲਾ ਮੀਰ ਕਾਸਮ ਜਾਂ ਉਪਰੋਕਤ ਸਾਰੇ ਇਸ ਦਾ ਸਹੀ ਉੱਤਰ ਹੈ ਉਪਰੋਕਤ ਸਾਰੇ ਜੋ ਬਕਸਰ ਦੀ ਲੜਾਈ ਹੋਈ ਸੀ ਇਹ ਹੋਈ ਸੀ 1764 ਵਿੱਚ ਸਵਾਲ ਨੰਬਰ 177 ਭਾਰਤ ਦੇ ਕਿਸ ਪ੍ਰਾਂਤ ਵਿੱਚ ਸੂਰਜ ਸਭ ਤੋਂ ਪਹਿਲਾਂ ਦਸਕਤ ਕਰ ਦਿੰਦਾ ਹੈ ਉਰਨਾਚਲ ਪ੍ਰਦੇਸ਼ ਵਿੱਚ ਅਸਾਮ ਵਿੱਚ ਮਗਾਲੀਆ ਜਾਂ ਤਰਪੁਰਾ ਭਾਰਤ ਵਿੱਚ ਸੂਰਜ ਸਭ ਤੋਂ ਪਹਿਲਾਂ ਉਰਨਾਚਲ ਪ੍ਰਦੇਸ਼ ਰਾਜ ਵਿੱਚ ਨਿਕਲਦਾ ਹੈ ਅਤੇ ਸਭ ਤੋਂ ਪਿੱਛੋਂ ਛਿਪਦਾ ਹੈ ਗੁਜਰਾਤ ਵਿੱਚ ਭਾਰਤ ਦੇ ਪੂਰਬੀ ਪ੍ਰਾਂਤ ਉਰਨਾਚਲ ਪ੍ਰਦੇਸ਼ ਤੋਂ ਭਾਰਤ ਦੇ ਪੱਛਮੀ ਪ੍ਰਾਂਤ ਗੁਜਰਾਤ ਵਿੱਚ ਕੁੱਲ 2 ਘੰਟੇ ਸਮੇਂ ਦਾ ਅੰਤਰ ਹੈ। ਸਵਾਲ ਨੰਬਰ 178 ਭਾਰਤ ਵਿੱਚ ਸਭ ਤੋਂ ਵੱਡੀ ਮਸਜਿਦ ਕਿਹੜੀ ਹੈ? ਜਾਮਾ ਮਸਜਿਦ ਦਿੱਲੀ ਵਿਖੇ, ਮੱਕਾ ਮਸਜਿਦ ਹైదరాబాద్ ਵਿਖੇ, ਮੋਤੀ ਮਸਜਿਦ ਦਿੱਲੀ ਵਿਖੇ ਜਾਂ ਮਦੀਨਾ ਮਸਜਿਦ ਸ਼ਿਲੋਂਗ ਵਿਖੇ। ਸਹੀ ਉੱਤਰ ਹੈ ਜਾਮਾ ਮਸਜਿਦ ਦਿੱਲੀ ਵਿਖੇ। ਜੋਏ ਜਾਮਾ ਮਸਜਿਦ ਹੈ ਇਸਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹ ਜਹਾਂ ਨੇ ਕਰਾਇਆ ਸੀ ਜਾਮਾ ਮਸਜਿਦ ਲਾਲ ਕਿਲੇ ਤੋਂ ਮਹਿਜ 500 ਮੀਟਰ ਦੀ ਦੂਰੀ ਉੱਤੇ ਸਥਿਤ ਹੈ ਸਵਾਲ ਨੰਬਰ 179 ਭੋਜਨ ਵਿੱਚ ਸਟਾਰਚ ਦੀ ਮੌਜੂਦਗੀ ਪਤਾ ਕਰਨ ਲਈ ਕਿਸ ਘੋਲ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦਾ ਸਹੀ ਉੱਤਰ ਹੈ ਲੋਡਨ ਸੋਲੂਸ਼ਨ ਦੀ ਲੋਡਨ ਸੋਲੂਸ਼ਨ ਇੱਕ ਪੂਰੇ ਰੰਗ ਦਾ ਲਿਉਕਿਡ ਹੁੰਦਾ ਹੈ ਜਿਸ ਵੀ ਭੋਜਨ ਵਿੱਚ ਸਟਾਰਚ ਹੁੰਦਾ ਹੈ ਇਹ ਉਸ ਭੋਜਨ ਦਾ ਰੰਗ ਕਾਲਾ ਜਾਂ ਨੀਲਾ ਕਰ ਦਿੰਦਾ ਹੈ ਅਤੇ ਜਿਸ ਭੋਜਨ ਵਿੱਚ ਸਟਾਰਚ ਦੀ ਮੌਜੂਦਗੀ ਨਹੀਂ ਹੁੰਦੀ ਉਸ ਦਾ ਰੰਗ ਪੂਰਾ ਹੀ ਰਹਿੰਦਾ ਹੈ। ਸਵਾਲ ਨੰਬਰ 180 ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਚਾਚੇ ਦਾ ਨਾਂ ਕੀ ਸੀ? ਸਰਦਾਰ ਕਿਸ਼ਨ ਸਿੰਘ ਗੜਗੰਜ, ਸਰਦਾਰ ਸੋਹ ਸਿੰਘ ਭਗਣਾ, ਸਰਦਾਰ ਕਰਤਾਰ ਸਿੰਘ, ਸਰਦਾਰ ਅਜੀਤ ਸਿੰਘ। ਸਹੀ ਉੱਤਰ ਸਰਦਾਰ ਅਜੀਤ ਸਿੰਘ। ਸਰਦਾਰ ਅਜੀਤ ਸਿੰਘ ਇੱਕ ਪ੍ਰਸਿੱਧ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੂੰ ਪਗੜੀ ਸੰਭਾਲ ਡਟਾ ਲਹਿਰ ਦੇ ਮੂਢੀ ਵੱਜੋਂ ਜਾਣਿਆ ਜਾਂਦਾ ਹੈ। ਸਵਾਲ ਨੰਬਰ 181 ਤੁਹਾਡੇ ਲਈ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਪਹਿਲੇ ਸ਼ਹੀਦ ਕੌਣ ਸਨ ਰਾਣੀ ਲక్ష్ਮੀਬਾਈ ਸੀ ਤਾਤੀਆ ਟੁੱਪੇ ਸੀ ਨਾਨਾ ਸਾਭ ਸੀ ਜਾਂ ਮੰਗਲਪਾਂਡੇ ਤੁਸੀਂ ਆਪਣਾ ਉੱਤਰ ਕਮੈਂਟ ਬਾਕਸ ਵਿੱਚ ਦੇਣਾ ਹੈ ਅਤੇ ਇਸ ਸਵਾਲ ਦਾ ਉੱਤਰ ਅਗਲੀ ਵੀਡੀਓ ਵਿੱਚ ਦਿੱਤਾ ਜਾਵੇਗਾ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਇਸ ਜਾਣਕਾਰੀ ਨੂੰ WhatsApp ਰਾਹੀਂ Facebook ਰਾਹੀਂ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਗਿਆਨ ਵੰਡਣ ਨਾਲ ਵਾਧਾ ਹੈ ਧੰਨਵਾਦ